ਸੱਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ। ਸੱਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ 5 ਫਰਵਰੀ 1630 ਈਸਵੀ ਨੂੰ ਐਤਵਾਰ ਵਾਲੇ ਦਿਨ ਕੀਰਤਪੁਰ ਵਿਖੇ ਬਾਬਾ ਗੁਰਦਿੱਤਾ ਜੀ, ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਸਨ, ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਦੇ ਮਹਿਲ ਮਾਤਾ ਕ੍ਰਿਸ਼ਨ ਕੌਰ ਜੀ, ਚੰਦ ਕੌਰ ਜੀ, ਰਾਮ ਕੌਰ ਜੀ, ਕੋਟ ਕਲਿਆਣੀ ਜੀ, ਤੋਖੀ ਜੀ, ਅਨੋਖੀ ਜੀ, ਲਾਡੋ ਜੀ ਅਤੇ ਪ੍ਰੇਮ ਕੌਰ ਜੀ ਸਨ। ਆਪ ਜੀ ਦੇ ਘਰ ਦੋ ਸੁਪੁੱਤਰ ਸ਼੍ਰੀ ਰਾਮ ਰਾਏ ਜੀ ਅਤੇ ਸ਼੍ਰੀ ਹਰਕਿਸ਼ਨ ਸਾਹਿਬ ਜੀ ਹੋਏ। ਆਪ ਜੀ ਨੂੰ ਗੁਰਤਾ ਗੱਦੀ ਕੀਰਤਪੁਰ ਸਾਹਿਬ ਵਿਖੇ ਬਖਸ਼ਿਸ਼ ਹੋਈ। ਆਪ ਜੀ 22 ਸਾਲ 6 ਮਹੀਨੇ 20 ਦਿਨ ਤੱਕ ਗੁਰਤਾ ਗੱਦੀ 'ਤੇ ਸੁਸ਼ੋਭਿਤ ਰਹੇ। ਆਪ ਜੀ ਬੜੇ ਕੋਮਲ ਸੁਭਾਅ ਦੇ ਮਾਲਕ ਸਨ। ਆਪ ਜੀ ਨੇ ਕੋਈ ਯੁੱਧ ਨਹੀਂ ਕੀਤਾ ਅਤੇ ਨਾ ਹੀ ਸ਼ਿਕਾਰ ਖੇਡਿਆ। ਗੁਰੂ ਸਾਹਿਬ ਨੇ ਸੰਗਤਾਂ ਲਈ ਕੀਮਤੀ ਦਵਾਈਆਂ ਦਾ ਮੁਫਤ ਦਵਾਖਾਨਾ ਖੋਲ੍ਹਿਆ। ਆਪ ਜੀ ਦੇ ਜੀਵਨ ਕਾਲ ਨਾਲ ਕਈ ਪ੍ਰਸੰਗ ਪ੍ਰਚਲਿਤ ਹਨ। ਗੁਰੂ ਜੀ ਦੇ ਸਮੇਂ ਸ਼ਾਹਜਹਾਂ ਅਤੇ ਔਰੰਗਜ਼ੇਬ ਦੀ ਹਕੂਮਤ ਸੀ, ਜ਼ੁਲਮਾਂ ਦੀ ਇੰਤਹਾ ਸੀ, ਹਿੰਦੂਆਂ ਦੇ ਮੰਦਰ ਢਾਹ ਕੇ ਮਸਜਿਦਾਂ ਬਣਾਈਆਂ ਜਾ ਰਹੀਆਂ ਸਨ, ਕਤਲੋਗਾਰਦ ਮਚੀ ਹੋਈ ਸੀ। ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਮਿਲਣ ਲਈ ਦਿੱਲੀ ਸੱਦਿਆ। ਗੁਰੂ ਸਾਹਿਬ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਨਿਰਦਈ ਰਾਜੇ ਦੇ ਮੱਥੇ ਨਹੀਂ ਲੱਗਣਗੇ ਅਤੇ ਆਪਣੇ ਬੇਟੇ ਰਾਮ ਰਾਏ ਨੂੰ ਦਿੱਲੀ ਭੇਜਤਾ। ਰਾਮ ਰਾਏ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ, ਇਸ ਲਈ ਆਪ ਜੀ ਨੇ ਰਾਮ ਰਾਏ ਨੂੰ ਕਦੇ ਮਾਫ਼ ਨਹੀਂ ਕੀਤਾ। ਆਪ ਜੀ ਦੀ ਯਾਦ ਵਿੱਚ ਲਗਭਗ 28 ਗੁਰਦੁਆਰਾ ਸਾਹਿਬ ਹਨ। ਆਪਣਾ ਅੰਤ ਸਮਾਂ ਨੇੜੇ ਜਾਣ ਕੇ ਭਾਰੀ ਇਕੱਠ ਕਰਕੇ ਆਪਣੇ ਛੋਟੇ ਸੁਪੁੱਤਰ ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਰਿੱਧੀ ਸਿੱਧੀ ਦੇ ਦਿੱਤੀ। ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਭਾਣਾ ਜੀ ਤੋਂ ਤਿਲਕ ਕਰਾਇਆ, ਮੱਥਾ ਟੇਕਿਆ, 3 ਪਰਿਕਰਮਾ ਕੀਤੀਆਂ, ਕੜਾ ਪ੍ਰਸ਼ਾਦ ਵਰਤਾ ਕੇ ਬਚਨ ਕੀਤਾ ਕਿ ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਸਾਡਾ ਰੂਪ ਮੰਨਣਾ। ਕੱਤਕ ਵਧੀ 9 ਨੂੰ ਦਿਨ ਐਤਵਾਰ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਜੋਤੀ ਜੋਤ ਸਮਾਏ।